ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਹੁਕਮ ਸਣਾਏ ਸਨ ਕਿ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਅੱਜ ਅਸੀਂ ਇੱਕ ਐਸੀ ਜਗ੍ਹਾ ਪਹੁੰਚੇ ਹਾਂ ਜਿੱਥੇ ਨਾਮ ਵੀ ਭਰਪੂਰ ਹੈ ਕਿਰਤ ਵੀ ਭਰਪੂਰ ਹੈ ਤੇ ਉਸ ਦੇ ਨਾਲ-ਨਾਲ ਹਰ ਸਵਾਸ ਦੇ ਨਾਲ ਜੋ ਵੰਡ ਕੇ ਛਕਣ ਦਾ ਹੁਕਮ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਸੀਗਾ ਉਹ ਵੀ ਪੂਗਾਇਆ ਜਾਂਦਾ ਹੈ ਜੀ ਹਾਂ ਅੱਜ ਪਹੁੰਚੇ ਹਾਂ ਜਰਜੀ ਸਿਟੀ ਦੇ ਗੁਰਦੁਆਰਾ ਨਾਨਕ ਨਾਮ ਜਹਾਜ਼ ਵਿਖੇ ਜਿੱਥੇ ਲੈਟ ਸ਼ੇਅਰ ਮੀਲ ਆਰਗੇਨਾਈਜੇਸ਼ਨ ਹਰ ਸਾਲ ਦੇ ਵਾਂਗ ਆਪਣੀ ਐਨਓ ਫੂਡ ਡਰਾਈਵ ਜੋ ਹੈ ਉਹ ਰਨ ਕਰ ਰਹੀ ਹੈ ਗੁਰਪੁਰਬ ਦੇ ਮੌਕੇ ਹਰ ਸਾਲ ਲੈਟ ਸ਼ੇਅਰ ਅਮੀਲ ਦਾ ਜੋ ਗੋਲ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਟ੍ਰਾਈ ਸਟੇਟ ਦੇ ਵਿੱਚ ਵੱਖ-ਵੱਖ ਹੋਮਲੈਸ ਸ਼ੈਲਟਰਸ ਦੇ ਵਿੱਚ ਉਹ 10000 ਤੋਂ ਵੱਧ ਈਲਸ ਪਹੁੰਚਾਉਣ ਤੇ ਇਸ ਸਾਲ ਖਾਸियत ਇਹ ਹੈ ਕਿ ਟ੍ਰਾਈ ਸਟੇਟ ਏਰੀਆ ਨੂੰ ਸਰਵ ਕਰਨ ਦੇ ਨਾਲ-ਨਾਲ ਉਹ ਪੰਜਾਬ ਅਤੇ ਬੋਸਟਨ ਏਰੀਆ ਵਿੱਚ ਵੀ ਜੋ ਵੱਖਰੀਆਂ ਫੂਡ ਡਰਾਈਵਸ ਨੇ ਉਹ ਰਨ ਕਰ ਰਹੇ ਨੇ ਸੋ ਆਓ ਦੇਖਦੇ ਹਾਂ ਜਰਸੀ ਸਿਟੀ ਦੇ ਵਿੱਚ ਅੱਜ ਜੋ ਗੁਰਪੁਰਬ ਮੌਕੇ ਫੂਡ ਡਰਾਈਵ ਹੋ ਰਹੀ ਹੈ ਉਹਦਾ ਨਜ਼ਾਰਾ ਗੁਰੂ ਸਾਹਿਬਾਨ ਵੱਲੋਂ ਦਿੱਤੇ ਸਰਬਸਾਂਝੀ ਵਾਲਤਾ ਦੇ ਸੁਨੇਹੇ ਅਤੇ ਉਨਾ ਪੂਰਨਿਆਂ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨਕਸ਼ੇ ਕਦਮਾਂ ਉੱਤੇ ਉਸ ਅਮੀਰ ਫਲਸਫੇ ਮੁਤਾਬਕ ਚਲਦੇ ਹੋਏ ਸਿੱਖ ਕੌਮ ਵੱਲੋਂ ਦੁਨੀਆ ਭਰ ਵਿੱਚ ਸੇਵਾ ਰਾਹਤ ਅਤੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਨੇ ਜਿਸ ਕਰਕੇ ਸਿੱਖ ਕੌਮ ਦੀ ਦੁਨੀਆ ਵਿੱਚ ਇੱਕ ਨਵੀਂਕਲੀ ਪਛਾਣ ਬਣੀ ਹੈ ਠੀਕ ਇਸੇ ਤਰ੍ਹਾਂ ਅਮਰੀਕਾ ਵਿੱਚ ਵਸਤੀਆਂ ਸਿੱਖ ਸੰਗਤਾਂ ਵੱਲੋਂ ਵੀ ਹਰ ਸਾਲ ਸੇਵਾ ਕਾਰਜਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਅਤੇ ਇਹਨਾਂ ਉਪਰਾਲਿਆਂ ਵਿੱਚ ਇੱਕ ਬਹੁਤ ਪ੍ਰਮੁੱਖ ਉਪਰਾਲਾ ਹੁੰਦਾ ਹੈ ਲੈਟਸ ਸ਼ੇਅਰ A ਮੀਲ ਜਥੇਬੰਦੀ ਵੱਲੋਂ ਹਰ ਸਾਲ ਲੋੜਵੰਦੇ ਅਤੇ ਬੇਸਹਾਰਾ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਦਾ ਅਤੇ ਇਸ ਵਾਰ ਇੱਕ ਬਹੁਤ ਵੱਡੇ ਪੱਧਰ ਉਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਤੇਜ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਤ ਸਮਾਗਮ ਤਹਿਤ 10000 ਲੋਕਾਂ ਨੂੰ ਲੋੜਵੰਦ ਬੇਸਹਾਰੇ ਲੋਕਾਂ ਨੂੰ ਉਹਨਾਂ ਦੇ ਟਿਕਾਣਿਆਂ ਉੱਪਰ ਭੋਜਨ ਮੁਹੱਈਆ ਕਰਵਾਇਆ ਗਿਆ। ਬੀਤੇ ਦਿਨ ਸ਼ਨੀਚਰਵਾਰ 19 ਨਵੰਬਰ ਨੂੰ ਸਵੇਰੇ 7 ਵਜੇ ਤੋਂ ਗੁਰਦੁਆਰਾ ਨਾਨਕ ਨਾਮ ਜਹਾਜ਼ ਜਰਸੀ ਸਿਟੀ ਨਿਊ ਜਰਸੀ ਵੱਲੋਂ ਕੀਤਾ ਇਸ ਵਿਸ਼ੇਸ਼ ਉਪਰਾਲੇ ਤਹਿਤ ਸੰਗਤਾਂ ਵੱਲੋਂ ਸੇਵਾ ਦੀ ਇੱਕ ਨਵੀਂ ਮਿਸਾਲ ਪੈਦਾ ਕਰਦੇ ਹੋਏ 10000 ਤੋਂ ਵੀ ਵਧੇਰੇ ਮੀਲਸ ਯਾਨੀ ਭੋਜਨ ਲੰਗਰ ਮੁਹੱਈਆ ਕਰਵਾਏ ਗਏ ਅਮਰੀਕਾ ਵਰਗੇ ਵੱਡੇ ਦੇਸ਼ ਦੇ ਹਰੇਕ ਇਲਾਕੇ ਵਿੱਚ ਵਕ-ਵਕ ਥਾਵਾਂ ਤੇ ਬੇਸਹਾਰਾ ਅਤੇ ਲੋੜਵੰਦ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਖਾਣ ਲਈ ਭੋਜਨ ਅਤੇ ਸਿਰ ਉੱਤੇ ਛੱਤ ਦੀ ਕਮੀ ਹੈ ਉਨ੍ਹਾਂ ਸਾਰਿਆਂ ਨੂੰ ਤਾਜ਼ਾ ਤਰੀਨ ਭੋਜਨ ਮੁਹੱਈਆ ਕਰਵਾਇਆ ਗਿਆ ਇਸ ਪੂਰੇ ਸੇਵਾ ਕਾਰਜ ਲਈ ਇੱਕ ਦਿਨ ਪਹਿਲਾਂ ਯਾਨੀ ਸ਼ੁੱਕਰਵਾਰ 18 ਨਵੰਬਰ ਨੂੰ ਦੁਪਹਿਰ 3 ਵਜੇ ਤੋਂ ਹੀ ਲੋਕਾਂ ਵੱਲੋਂ ਸੰਗਤਾਂ ਵੱਲੋਂ ਵੱਡੇ ਪੱਧਰ ਉੱਤੇ ਆਪਣੇ ਹੱਥੀਂ ਸੇਵਾ ਕਰਦੇ ਹੋਏ ਸਾਰੀ ਤਿਆਰੀ ਕੀਤੀ ਗਈ ਸੇਵਾ ਦੇ ਇਸ ਸਮੁੱਚੇ ਕਾਰਜ ਦੌਰਾਨ ਖਾਣਾ ਪਕਾਉਣ ਤਿਆਰੀ ਕਰਨ ਖਾਣੇ ਨੂੰ ਯੋਜਨਾਬੰਦ ਤਰੀਕੇ ਨਾਲ ਡਿਲੀਵਰੀ ਲਈ ਤਿਆਰ ਕਰਨਾ ਇਸ ਸਮੁੱਚੇ ਕਾਰਜ ਦੀ ਫੋਟੋਗ੍ਰਾਫੀ ਪ੍ਰਬੰਧਨ ਅਤੇ ਸਾਫ ਸਫਾਈ ਦਾ ਕਾਰਜ ਵੀ ਸੰਗਤਾਂ ਨੇ ਖੁਦ ਆਪ ਮੁਹਾਰੇ ਕੀਤਾ ਇਸ ਤੋਂ ਇਲਾਵਾ ਸੰਗਤਾਂ ਵੱਲੋਂ ਖੁਦ ਆਪਣੇ ਵਾਹਨ ਅਤੇ ਗੱਡੀਆਂ ਰਾਈ ਭੋਜਨ ਦੀ ਲੰਗਰ ਦੀ ਸੇਵਾ ਲੋੜਵੰਦ ਲੋਕਾਂ ਤੱਕ ਖੁਦ ਪਹੁੰਚਾ ਕੇ ਕੀਤੀ ਗਈ ਇਸ ਪੂਰੇ ਸੇਵਾ ਕਾਰਜ ਦੌਰਾਨ ਖਾਸ ਗੱਲ ਇਹ ਵੀ ਸੀ ਕਿ ਸੰਗਤਾਂ ਵੱਲੋਂ ਅਤੇ ਖਾਸ ਕਰ ਨੌਜਵਾਨ ਸੰਗਤਾਂ ਅਤੇ ਛੋਟੇ ਬੱਚਿਆਂ ਵੱਲੋਂ ਵੀ ਖੁਦ ਵੱਧ ਚੜ ਕੇ ਸੇਵਾ ਕੀਤੀ ਗਈ ਅਤੇ ਸੇਖ ਕੌਮ ਦੇ ਨਾਲ-ਨਾਲ ਸਮੁੱਚੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੇ ਵੀ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਐਤਕੀ ਦੇ ਇਸ ਉਪਰਾਲੇ ਦੀ ਖਾਸ ਗੱਲ ਇਹ ਵੀ ਸੀ ਕਿ लेट्स ਸ਼ੇਅਰ ਏ ਮੀਲ ਦੀ ਇਸ ਮੁਹਿੰਮ ਤਹਿਤ ਅਮਰੀਕਾ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਲੋੜਵੰਦ ਲੋਕਾਂ ਦੀ ਮਦਦ ਕੀਤੀ ਗਈ। ਉਹਨਾਂ ਨੂੰ ਭੋਜਨ ਅਤੇ ਲੰਗਰ ਪਚਾਇਆ ਗਿਆ। ਇਸੇ ਤਹਿਤ ਪੰਜਾਬ ਵਿੱਚ ਚੰਡੀਗੜ੍ਹ ਰੋਡ ਨੇੜੇ ਵੀ ਇਹੀ ਸੇਵਾ ਕਾਰਜ ਕੀਤਾ ਗਿਆ ਜਿਸ ਤਹਿਤ ਪੀਜੀਆਈ ਸਿਸਵਾ ਰੋਡ ਦੇ ਲਾਗੇ ਝੁੱਗੀਆਂ ਵਿੱਚ ਵਸਦੇ ਤਕਰੀਬਨ 100 ਲੋਕਾਂ ਨੂੰ ਡੱਬਾ ਬੰਦ ਭੋਜਨ ਪਹੁੰਚਾਇਆ ਗਿਆ ਠੀਕ ਇਸੇ ਤਰ੍ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਵੀ ਲੈਟਸ ਸ਼ੇਅਰ ਅ ਮੀਲ ਦੀ ਦਿੱਲੀ ਇਕਾਈ ਵੱਲੋਂ ਪਾਕਿਸਤਾਨ ਤੋਂ ਆਏ 1015 ਦੇ ਕਰੀਬ ਹਿੰਦੂ ਕੈਂਪ ਰਿਫਿਊਜੀਆ ਨੂੰ ਲੰਗਰ ਪਹੁੰਚਾਇਆ ਗਿਆ ਇਸ ਤਰ੍ਹਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਮੌਕੇ ਗੁਰੂ ਸਾਹਿਬ ਵੱਲੋਂ ਦਰਸਾਈ ਗਈ ਸੋਚ ਅਤੇ ਉਹਨਾਂ ਦੇ ਸਿਖਿਆਵਾਂ ਉੱਤੇ ਚੱਲਦੇ ਹੋਏ lettes share a meal ਵੱਲੋਂ ਆਪਣੇ ਸੇਵਾ ਕਾਰਜ ਇਸੇ ਤਰ੍ਹਾਂ ਜਾਰੀ ਰੱਖੇ ਗਏ ਨੇ ਅਤੇ ਬਹੁਤ ਵੱਡੇ ਪੱਧਰ ਉੱਤੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਦੇ ਹੋਏ ਸਿੱਖੀ ਦੇ ਅਸਲ ਉਸੂਲਾਂ ਦੀ ਤਰਜਮਾਨੀ ਕੀਤੀ ਜਾ ਰਹੀ